ਕੀ ਰੋੜੀ ਸਾਹਿਬ ਸਿੰਘਾਂ ਦਾ ਇੱਕ ਜੱਥਾ ਠਹਿਰਿਆ ਹੋਇਆ ਸੀ ਕਿ ਜਸਪਤ ਰਾਏ ਨੇ ਆ ਕੇ ਰਿਹਾ। ਸਿੰਘਾਂ ਨੇ ਸੁਨੇਹਾ ਭੇਜਿਆ ਕਿ ਅਸੀਂ ਲੰਗਰ ਛੱਕ ਕੇ ਚਲੇ ਜਾਣਾ ਹੈ। ਜਸਪਤ ਰਾਏ ਨੇ ਸੋਚਿਆ ਕਿ ਸਿੰਘ ਡਰ ਗਏ ਨੇ ਤੇ ਅੱਗੋਂ ਜਵਾਬ ਦਿੱਤਾ, ਜਾਂਦੇ ਕਿੱਧਰ ਹੋ? ਇੱਕ ਇੱਕ ਦੇ ਕੇਸਾਂ ਦੇ ਰੱਸੇ ਵੱਟ ਕੇ ਲਾਹੌਰ ਦਰਬਾਰ ਵਿੱਚ ਭੇਜਾਂਗਾ। ਸਿੰਘਾਂ ਨੂੰ ਇਸ ਗੱਲ ਦਾ ਬੜਾ ਰੋਹ ਚੜਿਆ ਤੇ ਲੜਾਈ ਛਿੜ ਗਈ। ਭਾਈ ਨਿਬਾਹੂ ਸਿੰਘ ਮੌਕਾ ਤਾੜ ਕੇ ਹਾਥੀ ਦੀ ਪੂੰਛ ਫੜ ਕੇ ਉੱਤੇ ਜਾ ਚੜਿਆ ਤੇ ਜਸਪਤ ਰਾਏ ਨੂੰ ਮਾਰ ਮੁਕਾਇਆ। ਜਸਪਤ ਰਾਏ ਦੀ ਮੌਤ ਤੇ ਉਹਦਾ ਭਰਾ ਲਖਪਤ ਰਾਏ ਯਈਆ ਹਾਂ ਕੋਲ ਗਿਆ ਤੇ ਆਪਣੀ ਪੱਗ ਲਾ ਕੇ ਸੌ ਚੁੱਕੀ ਕਿ ਜਦ ਤੱਕ ਸਿੱਖਾਂ ਦਾ ਬੀਜ ਨਾਸ਼ ਨਹੀਂ ਕਰ ਦਿੰਦਾ ਸਿਰ ਤੇ ਪੱਗ ਨਹੀਂ ਰੱਖਾਂਗਾ। ਨਾਲੇ ਕਹਿੰਦਾ, ਇੱਕ ਖੱਤਰੀ ਗੁਰੂ ਨਾਨਕ ਨੇ ਸਿੱਖ ਧਰਮ ਚਲਾਇਆ ਸੀ ਤੇ ਮੈਂ ਲਖਪਤ ਰਾਏ ਖੱਤਰੀ ਇਸ ਧਰਮ ਨੂੰ ਦੁਨੀਆ ਤੋਂ ਖਤਮ ਕਰ ਦੇਵਾਂਗਾ। ਲਖਪਤ ਰਾਏ ਨੇ ਪਹਿਲਾਂ ਲਾਹੌਰ ਦੇ ਸਾਰੇ ਕਿਰਤੀ ਸਿੱਖ ਫੜ ਘੱਲੇ ਤੇ ਸਭਨਾਂ ਨੂੰ ਮੌਤ ਜਾਂ ਇਸਲਾਮ ਵਿੱਚੋਂ ਇੱਕ ਚੁਣਨ ਦਾ ਮੌਕਾ ਦਿੱਤਾ। ਮੁਗਲਾਂ ਦੇ ਜ਼ੁਲਮ ਬਹੁਤ ਵੱਧ ਗਏ ਸੀ, ਇਸ ਲਈ ਦਲ ਖਾਲਸਾ ਨਵਾਬ ਕਪੂਰ ਸਿੰਘ ਦੀ ਕਮਾਨ ਹੇਠ ਕਾਹਨੂਵਾਨ ਦੇ ਜੰਗਲਾਂ ਵਿੱਚ ਆ ਟਿੱਕਿਆ ਸੀ। ਪਰ ਲਖਪਤ ਰਾਏ ਵੱਡੀ ਤਿਆਰੀ ਨਾਲ ਆਇਆ ਸੀ। ਫੌਜ ਨੇ ਘੇਰਾ ਸਖ਼ਤ ਕਰਕੇ ਜੰਗਲ ਵੱਢਣੇ ਸ਼ੁਰੂ ਕਰ ਦਿੱਤੇ। ਸਿੰਘਾਂ ਤੇ ਭਾਰੀ ਪੀੜਾ ਬਣ ਆਈ ਤੇ ਜੰਗਲ ਪਾਰ ਕਰਕੇ ਪਹਾੜਾਂ ਵੱਲ ਨਿਕਲਣ ਨੂੰ ਮਜਬੂਰ ਹੋ ਗਏ। ਪਰ ਅੱਗੋਂ ਪਹਾੜੀਆਂ ਨੇ ਪੱਥਰ ਸੁੱਟ ਕੇ ਤੇ ਗੋਲੀਆਂ ਨਾਲ ਅਨੇਕਾਂ ਸਿੰਘ ਸ਼ਹੀਦ ਕਰ ਦਿੱਤੇ। ਖਾਲਸਾ ਫੌਜ ਹੁਣ ਚਾਰੇ ਪਾਸਿਆਂ ਤੋਂ ਘਿਰ ਗਈ ਸੀ। ਖੱਬੇ ਹੱਥ ਰਾਵੀ ਨਦੀ ਚੜ੍ਹੀ ਹੋਈ ਸੀ, ਸਾਹਮਣੇ ਪਹਾੜੀਆਂ ਨੇ ਰਾਸਤਾ ਰੋਕਿਆ ਹੋਇਆ ਸੀ, ਪਿੱਛੇ ਮੁਗਲ ਫੌਜਾਂ ਘੇਰਾ ਸਖ਼ਤ ਕਰਦੀਆਂ ਆ ਰਹੀਆਂ ਸਨ। ਖਾਣ ਨੂੰ ਅੰਨ ਨਹੀਂ, ਪਰ ਗਰਮੀ ਵਿੱਚ ਪੀਣ ਵਾਲੇ ਪਾਣੀ ਦੀ ਵੀ ਥੋੜ੍ਹ। ਉੱਤੋਂ ਕਈ ਦਿਨਾਂ ਦੇ ਭੁੱਖੇ ਘੋੜੇ ਵੀ ਦਮ ਤੋੜੀ ਜਾਂਦੇ ਸਨ। ਸਿੰਘਾਂ ਦੇ ਹਥਿਆਰ ਵੀ ਮੁਰੰਮਤ ਬਿਨਾਂ ਖੁੰਡੇ ਹੋ ਗਏ ਸਨ। ਪਰ ਗੁਰੂ ਦੇ ਵੀਰ ਸਪੁੱਤਰਾਂ ਨੇ ਹਿੰਮਤ ਨਹੀਂ ਹਾਰੀ ਤੇ ਚੜ੍ਹਦੀਆਂ ਕਲਾਂ ਵਿੱਚ ਰਹੇ। ਭਾਈ ਗੁਰਦਿਆਲ ਸਿੰਘ ਤੇ ਹਰਦਿਆਲ ਸਿੰਘ ਡੱਲੇਵਾਲ ਨੇ ਰਾਵੀ ਦੇ ਬਹਾਵ ਦੀ ਪਰਖ ਵਾਸਤੇ ਘੋੜੇ ਵਿੱਚ ਉਤਾਰੇ ਹੀ ਸਨ ਕਿ ਪਾਣੀ ਰੋੜ ਕੇ ਲੈ ਗਿਆ। ਸਿੰਘਾਂ ਵਾਸਤੇ ਰਾਵੀ ਪਾਰ ਕਰਨ ਦਾ ਰਾਹ ਵੀ ਬੰਦ ਹੋ ਗਿਆ। ਕੋਈ ਰਾਹ ਨਾ ਰਹਿ ਗਿਆ ਤਾਂ ਭਾਈ ਸੁੱਖਾ ਸਿੰਘ ਨੇ ਇੱਕ ਜੱਥੇ ਨਾਲ ਮੁਗਲਾਂ ਤੇ ਹੱਲਾ ਬੋਲ ਦਿੱਤਾ। ਬਾਕੀ ਦੇ ਸਿੰਘ ਸਿੱਧੇ ਹੱਲੇ ਕਰਕੇ ਮੁਗਲਾਂ ਨੂੰ ਚੀਰਦੇ ਹੋਏ ਦੁਆਬੇ ਵੱਲ ਨਿਕਲ ਆਏ। ਭਾਈ ਸੁੱਖਾ ਸਿੰਘ ਦੀ ਸੱਜੀ ਲੱਤ ਤੋਪ ਦੇ ਗੋਲੇ ਨਾਲ ਵੱਢੀ ਗਈ। ਬਹੁਤ ਭੀੜਾਂ ਦਾ ਸਮਾਂ ਸੀ। 20-22 ਦਿਨਾਂ ਵਿੱਚ ਹੀ 10-12 ਹਜ਼ਾਰ ਸਿੰਘ ਸ਼ਹੀਦ ਹੋ ਗਏ।